ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਭ੍ਰਿਸ਼ਟਾਚਾਰ ਦੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਫਿਰੋਜ਼ਪੁਰ ਰੋਡ ਸਥਿਤ ਬੇਰਕਾ ਮਿਲਕ ਪਲਾਂਟ 'ਚ ਚੱਲ ਰਹੀ 200 ਕਰੋੜ ਰੁਪਏ ਸਾਲਾਨਾ ਦੀ ਠੱਗੀ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਮਿਲਕ ਪਲਾਂਟ ਦੁੱਧ ਦੇ ਘੱਟ ਫੈਟ ਨੂੰ ਲੈ ਕੇ ਲੋਕਾਂ ਨਾਲ ਠੱਗੀ ਮਾਰ ਮਹਿੰਗਾ ਦੁੱਧ ਵੇਚ ਰਿਹਾ ਹੈ। ਅੱਜ ਸਵੇਰੇ ਬੈਂਸ ਮੀਡੀਆ ਕਰਮਚਾਰੀਆਂ ਨੂੰ ਨਾਲ ਲੈ ਕੇ ਮਿਲਕ ਪਲਾਂਟ ਪੁੱਜੇ ਜਿੱਥੇ ਉਹਨਾਂ ਨੇ ਬੇਰਕਾ ਮਿਲਕ ਪਲਾਂਟ ਦੇ ਕਾਊਂਟਰ ਤੋਂ ਖਰੀਦੇ ਦੁੱਧ ਦੀ ਜਾਂਚ ਪਲਾਂਟ ਦੇ ਅੰਦਰ ਬਣੀ ਲੈਬੋਰਟਰੀ ਤੋਂ ਕਰਵਾਈ ਤਾਂ ਜਾਂਚ ਦੌਰਾਨ ਦੁੱਧ ਦੀ ਫੈਟ 4.5 ਦੀ ਬਜਾਏ 4.1 ਅਤੇ SNF 8.5 ਦੀ ਬਜਾਏ 8.2 ਪਾਇਆ ਗਿਆ। ਸੋ ਅੱਜ ਪਿਛਲੇ 15 ਦਿਨਾਂ ਤੋਂ ਅਸੀਂ ਬੇਰਕਾ ਦੇ ਅੰਦਰ ਜਿਹੜੀ ਠੱਗੀ ਵੱਜ ਰਹੀ ਹੈ ਉਹਦੇ ਉੱਤੇ ਆਪਣੇ ਪਾਰਟੀ ਦੇ ਵਲੰਟੀਅਰਸ ਲਾਏ ਸੀ ਵੀ ਜਾ ਕੇ ਚੈੱਕ ਕਰਾ ਗਿਆ ਉਹ ਠੱਗੀ ਕਿੰਨੀ ਹੈ। ਹੈਰਾਨ ਹੋ ਜਾਓਗੇ, 200 ਕਰੋੜ ਰੁਪਈਆ ਪ੍ਰਤੀ ਸਾਲ। ਆਹ ਪੈਕਟ ਆਹ ਦੇਖ ਰਹੇ ਹੋ ਤੁਸੀਂ, ਆਹ ਪੈਕਟ ਹੈਗੇ ਬੇਰਕਾ ਦੇ, ਇਹਦੇ ਉੱਤੇ ਫੈਟ ਲਿਖੀ ਆ ਤੇ SNF ਲਿਖਿਆ। ਦੁੱਧ ਦਾ ਮਤਲਬ ਕੀ ਆ, ਦੁੱਧ ਦੇ ਵਿੱਚ ਘਿਓ ਹੈਗਾ ਤੇ ਸੁੱਕਾ ਦੁੱਧ ਆ, ਜਿਹੜੀ ਫੈਟ ਆ ਉਹ ਮੱਖਣ ਤੇ ਘਿਓ ਆ, ਜਿਹੜਾ SNF ਉਹਦੀ ਫੁੱਲ ਫਾਰਮ ਹੈਗੀ ਆ ਸੋਲਿਡ ਨਾਟ ਫੈਟ, ਮਤਲਬ ਕਿ ਉਹ ਸੁੱਕਾ ਦੁੱਧ ਉਹਦੇ ਤੋਂ ਨਿਕਲਦਾ, ਬਾਕੀ ਇਹ ਤਰਲ ਹੈਗਾ ਪਾਣੀ ਬਾਕੀ ਦਾ। ਤੇ ਪੈਕਟ ਦੇ ਉੱਤੇ 4.5 ਫੈਟ ਲਿਖੀ ਆ ਤੇ SNF 8.5 ਲਿਖਿਆ ਹੋਇਆ। ਅਸੀਂ ਪਿਛਲੇ 15 ਦਿਨਾਂ ਤੋਂ ਅੰਦਰੋਂ ਲੈਬ ਦੇ ਵਿੱਚ ਇਹਨਾਂ ਦੀ ਲੈਬ ਚ ਚੈੱਕ ਕਰਾ ਰਹੇ ਹਾਂ, ਡੋਲੂ ਦੇ ਵਿੱਚ ਦੁੱਧ ਪਾ ਕੇ ਇਹਨਾਂ ਦਾ ਪੈਕਟ ਪਾੜਦੇ ਹਾਂ, ਡੋਲੂ ਦੇ ਵਿੱਚ ਦੁੱਧ ਪਾ ਕੇ ਭੇਜਦੇ ਹਾਂ, ਉਹ ਪੈਕਟ ਪਾੜਦੇ ਹੋਏ ਮੁੰਡਾ ਲਾਈਵ ਇਹਨਾਂ ਦੇ ਇੱਥੇ ਆ ਕੇ ਕਰਾਉਂਦਾ ਤਾਂ ਕਿ ਕਿੰਤੂ ਪਰੰਤੂ ਨਾ ਕਰ ਸਕਣ। 15 ਦਿਨ ਦੇ ਵਿੱਚ ਡੈਰੀ ਵਿਕਾਸ ਵਿਭਾਗ, ਡੈਰੀ ਵਿਭਾਗ ਜਿਹੜਾ ਪੰਜਾਬ ਦਾ ਸੀ ਉਹ ਤੋਂ ਟੈਸਟ ਕਰਾਇਆ। ਅਸੀਂ ਮੋਹਾਲੀ ਤੇ ਚੰਡੀਗੜ੍ਹ ਦੀਆਂ ਪ੍ਰਾਈਵੇਟ ਅਥੋਰਾਈਜ਼ ਜਿਹੜੀਆਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲੈਬੋਰਟਰੀਜ਼ ਨੇ ਅਸੀਂ ਉਹਨਾਂ ਤੋਂ ਟੈਸਟ ਕਰਾਇਆ। ਦੁੱਧ ਦੀ ਫੈਟ ਆ ਰਹੀ ਹੈ 4%, 4.1 SNF ਆ ਰਿਹਾ 8.1, ਮਤਲਬ ਕਿ ਜੇ ਮੈਂ ਲੈਬੋਰਟਰੀ ਜਿਹੜਾ ਅਸਲ ਦੁੱਧ ਹੈਗਾ, ਅਸਲ ਦੁੱਧ ਦੇ ਵਿੱਚ ਕਿੰਨੀ ਫੈਟ ਤੇ ਕਿੰਨਾ NSF ਆ, SNF ਹੈਗਾ ਤੇ ਉਹਦਾ ਰੇਟ ਬਣਦਾ ਜੋ ਇਹ ਪ੍ਰਿੰਟ ਦੇ ਰਿਹਾ 6-5 ਰੁਪਏ ਤੋਂ ਲੈ ਕੇ 6.5 ਰੁਪਏ ਵੱਧ ਲੈ ਰਹੇ ਆ। ਮਤਲਬ ਰੋਜ਼ ਦਾ ਜੇ 10,75,000-11 ਲੱਖ ਲੀਟਰ ਦੇ ਕਰੀਬ ਪੰਜਾਬ ਦੇ ਅੰਦਰ ਪੈਕਟ ਬੇਰਕਾ ਭਰਦਾ, ਤੇ ਰੋਜ਼ ਦੀ ਜੇ ਮੈਂ ਠੱਗੀ 5 ਰੁਪਏ ਨਾਲ ਹੀ ਲਾਦਾ ਨਾ, ਜ਼ਿਆਦਾ ਨਾ ਕਮਾ, 6 ਵੀ ਛੱਡਦਿਆਂ 6.5 ਵੀ ਛੱਡਦਿਆਂ, ਤੇ 5 ਰੁਪਈਆਂ ਦੇ ਨਾਲ 53,75,000 ਰੁਪਇਆ ਡੇਲੀ ਦੀ ਠੱਗੀ ਹੈ। ਤੇ ਜੇ ਮੈਂ ਸਾਲ ਦੀ ਦੋਸਤੋ ਠੱਗੀ ਲਾਉਣਾ ਤੇ 200 ਕਰੋੜ ਰੁਪਏ ਦੇ ਕਰੀਬ ਠੱਗੀ ਵੱਜ ਰਹੀ ਹੈ। ਲੋਕਲ ਪੱਧਰ ਤੋਂ ਲੈ ਕੇ ਸੈਕਟਰੀ ਪੱਧਰ ਤੱਕ ਬਿਨਾਂ ਸੰਗਠਨ ਤੋਂ ਇਹ ਠੱਗੀ ਵੱਜ ਹੀ ਨਹੀਂ ਸਕਦੀ। ਜੇ 200 ਕਰੋੜ ਰੁਪਇਆ ਜਿਹੜਾ ਕਿਸਾਨ ਦੁਖੀ ਆ, ਗਲਾਂ 'ਚ ਰੱਸੀਆਂ ਪਾਉਂਦਾ, ਸਲਫਾਸ ਦੀਆਂ ਗੋਲੀਆਂ ਖਾਂਦਾ, ਕਿਤੇ 200 ਕਰੋੜ ਰੁਪਇਆ ਡੈਰੀ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਦੇ ਦੇਵੇ, ਇਹ ਮਾਫੀਆ ਨੂੰ ਨਕੇਲ ਪਾ ਕੇ ਬੇਰਕਾ ਉਹਨਾਂ ਨੂੰ ਵੰਡ ਦੇਵੇ, ਕੋਪਰੇਟਿਵ ਉਹਨਾਂ ਨੂੰ ਵੰਡ ਦੇਵੇ, ਤੇ ਪੰਜਾਬ ਦਾ ਜਿਹੜਾ ਡੇਅਰੀ ਦੇ ਨਾਲ ਜੁੜਿਆ ਕਿਸਾਨ ਆ ਖੁਸ਼ਹਾਲ ਹੋ ਸਕਦਾ। ਮੈਂ ਮੁੱਖ ਮੰਤਰੀ ਜੀ ਨੂੰ ਆ ਕੰਪਲੇਂਟ ਸਾਰੀ ਕਰਨੀ ਆ, ਮੰਗ ਕਰਨੀ ਆ ਵੀ FIR ਦਰਜ ਕਰੋ। FIR ਦਰਜ ਕਰਕੇ ਲੋਕਲ ਪੱਧਰ ਤੋਂ ਲੈ ਕੇ ਸੈਕਟਰੀ ਪੱਧਰ ਤੱਕ ਜਿਹੜਾ ਦੋਸ਼ੀ ਹੈ ਕਰੜੀ ਸਜ਼ਾ ਦਿਓ। ਉਦਾਹਰਨ ਸੈੱਟ ਕਰ ਦਿਓ ਵੀ ਜਿਹੜਾ ਕੋਪਰੇਟਿਵ ਮਹਿਕਮੇ ਦੇ ਅੰਦਰ ਕਿਸਾਨਾਂ ਨੂੰ ਜੋਕ ਬਣ ਕੇ ਚਿੰਗੜਿਆ ਉਹਨੂੰ ਛੱਡਾਂਗੇ ਨਹੀਂ ਅਸੀਂ। ਮੈਂ ਅੱਜ ਸਾਰਾ ਮੀਡੀਆ ਲੁਧਿਆਣੇ ਦਾ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਨਾਲ ਲੈ ਕੇ ਆਇਆ ਕਿ ਮੇਰੀ ਗੱਲ ਦਾ ਬਾਅਦ ਦੇ ਵਿੱਚ ਇਹਨਾਂ ਨੇ ਯਕੀਨ ਨਹੀਂ ਕਰਨਾ। ਅੱਜ ਤੁਹਾਡੀ ਹਾਜ਼ਰੀ ਦੇ ਵਿੱਚ ਬੇਰਕਾ ਮਿਲਕ ਪਲਾਂਟ ਦੀ ਲੈਬ ਦੇ ਅੰਦਰ ਟੈਸਟ ਕੀਤਾ, ਬੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਬਾਹਰੋਂ ਬੂਥ ਤੋਂ ਖਰੀਦੇ ਹੋਏ ਆ ਪੈਕਟ, ਪਰਚੀਆਂ ਸਾਡੇ ਕੋਲ ਆ, ਲੈਬ ਦੀਆਂ ਰਿਪੋਰਟਾਂ ਸਾਰੀਆਂ ਸਾਡੇ ਕੋਲ ਆ, ਅੱਜ ਤੁਹਾਡੀ ਹਾਜ਼ਰੀ ਤੇ ਚੈਕਿੰਗ ਕੀਤੀ ਆ, 4.1 ਫੈਟ, 8.2 SNF, ਮਤਲਬ ਕਿ ਅੱਜ ਦਾ ਦੁੱਧ 6.5 ਰੁਪਏ ਤੋਂ 7 ਰੁਪਏ ਲੀਟਰ ਪੰਜਾਬ ਦੇ ਲੋਕਾਂ ਨੂੰ ਮਹਿੰਗਾ ਮਿਲਿਆ ਜਿਹੜਾ ਅੱਜ ਪੈਕਟ ਭਰੇ ਗਏ। ਸੋ ਮੈਂ ਆਸ ਕਰਦਾ ਕਿ ਸੂਬੇ ਦਾ ਮੁੱਖ ਮੰਤਰੀ ਜਿਹੜਾ ਮਸ਼ਰੂਫ ਆ, ਹੁਸੀਨ ਬਾਦੀਆਂ ਦੇ ਵਿੱਚ ਵਿਦੇਸ਼ੀ ਮਹਿਮਾਨਾਂ ਦੇ ਨਾਲ, ਉਹ ਵਿਦੇਸ਼ੀ ਮਹਿਮਾਨਾਂ ਦਾ ਪਿਆਰ ਛੱਡ ਕੇ ਸੂਬੇ ਦੇ ਅੰਦਰੋਂ ਜਿਹੜੀ ਬੇਈਮਾਨਾ ਸੰਗਠਨ ਬਣਿਆ, ਇਸ ਨੂੰ ਸੰਗਠਨ ਨੂੰ ਤੋੜਨ ਵਾਸਤੇ ਕਾਰਵਾਈ ਕਰੇ। ਦੂਜੇ ਪਾਸੇ ਮਿਲਕ ਪਲਾਂਟ ਅਧਿਕਾਰੀ ਪ੍ਰੋਡਕਸ਼ਨ ਮੈਨੇਜਰ ਸੰਜੇ ਕੁਮਾਰ ਦਾ ਕੁਝ ਹੋਰ ਹੀ ਕਹਿਣਾ ਸੀ ਕਿ ਦੁੱਧ ਦੀ ਜਾਂਚ ਕਿਸੇ ਹੋਰ ਵਿਅਕਤੀ ਵੱਲੋਂ ਕੀਤੀ ਹੋਣ ਕਰਕੇ ਉਹ ਇਹਨਾਂ ਮਾਪਦੰਡਾਂ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦੇ। ਮੇਰਾ ਨਾਮ ਸੰਜੇ ਕੁਮਾਰ, ਮੈਨੇਜਰ ਪ੍ਰੋਡਕਸ਼ਨ। ਨਹੀਂ ਨਹੀਂ, ਅੱਜ ਜੋ ਤੁਸੀਂ ਦੇਖਿਆ ਉਹਨਾਂ ਨੇ ਆ ਕਰਕੇ ਟੈਸਟ ਕੀਤਾ, ਤੋ ਉਸੀ ਪੈਕਟ ਦੋ, ਅਸੀਂ ਮਸ਼ੀਨ ਮੇ ਚੈੱਕ ਕਰਨਾ, ਤੋ ਡਿਫਰੈਂਸ ਜੋ ਆਇਆ, ਹੋ ਸਕਦਾ ਕਿ ਮੈਂ ਕਹਿੰਦਾ ਪਿਆ ਹਿਊਮਨ ਏਰਰ ਵੀ ਹੋ ਸਕਦਾ ਹੈ ਔਰ ਮਸ਼ੀਨ ਫਲਕਚੁਏਸ਼ਨ ਮੇ ਵੀ ਹੋ ਸਕਦਾ ਹੈ। ਔਰ ਜੋ ਉਹਨਾਂ ਨੇ ਟੈਸਟ ਕੀਤਾ ਹੈਗਾ, ਉਹ ਕਿਸ ਤਰ੍ਹਾਂ ਸੇ ਟੈਸਟ ਕੀਤਾ, ਕਿਤਨਾ ਟੈਸਟ ਕਰਤੇ ਹੈ, ਯੇ ਹਮੇ ਨਹੀਂ ਪਤਾ ਹੈਗਾ, ਸਾਨੂੰ ਉਹ ਟੈਸਟ ਕਰਨੇ ਵੀ ਨਹੀਂ ਦਿੱਤਾ।
कि साडा जो है ना टेक्नीशियन टेस्ट करे। ਤੁਸੀਂ ਅਬ ਪੈਕਟ ਜੋ ਹੈਗੇ ਤੁਸੀਂ ਪੈਕਟ ਲਿਆ ਕਰਕੇ ਇੱਥੇ ਟੈਸਟ ਕਰਕੇ ਦੇਖ ਲਓ। ਸਰ ਇੱਕ ਮਿੰਟ ਸਰ ਇੱਕ ਮਿੰਟ ਉਹ ਜੋ ਕਰਤੇ ਪਏ ਸੀ ਅਸੀਂ ਕਿਸੇ ਬਾਹਰ ਕੇ ਦੁੱਧ ਕੋ ਲਿਖਿਤ ਰੂਪ ਮੇ ਕੁਛ ਨਹੀਂ ਦੇ ਸਕਦੇ। ਸਾਡਾ ਕੋਈ ਪਬਲਿਕ ਲੈਬੋਰਟਰੀ ਨਹੀਂ ਹੈਗਾ ਜੀ, ਨਹੀਂ ਹਮਾਰੇ ਪੇ ਯਹਾਂ ਪੇ ਕੀਆ ਹੈ। ਲੇਕਿਨ ਅਬ ਲੂਜ ਮਿਲ ਕਾ ਹੈ ਨਾ, ਲੂਜ ਮਿਲ ਕਾ ਕਿਆ ਮੈਂ ਕੈਸੇ ਮੈਂ ਕਰ ਦੂੰ, ਨਹੀਂ ਲੂਜ ਆਇਆ ਨਾ ਹਮਾਰੇ ਪਾਸ। हाँ तो उसका मशीन पे नहीं चेक करवाया उन्होंने, मशीन पे भी चेक कराया ना तो हम मैं कह रहा हूँ कि वहाँ पे आया मैनुअली। एक तो हमें टेस्ट नहीं करने दिया, खुद ही टेस्ट किया उन्होंने, हमें तो पैकेट का हाथ लगाने भी नहीं दिया। अब उसमें कितना कैसे उन्होंने डाला वो भी नहीं हमें देखने दिया, वो कितना टेम्परेचर पे डाला। अब उसको मैं कह रहा हूँ कि हमें मशीन पे देख लिया, हो सकता है उनका फ्लक्चुएशन, बंदे क्या क्वालिफिकेशन है, वो कितना वो क्वालिफाइड है फैट डालने के लिए, ये हमें नहीं पता। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।